ਪਟਿਆਲਾ ਵਿੱਚ ਇੱਕ ਡਾਕਟਰ ਦੀ ਬੱਚੇ ਦੇ ਇਲਾਜ ਪ੍ਰਤੀ ਸਿਰੇ ਦੀ ਲਾਪਰਵਾਹੀ ਸਾਹਮਣੇ ਆਈ ਹੈ। ਡਾਕਟਰ ਨੇ ਬੱਚੇ ਨੂੰ ਐਕਸਪਾਇਰੀ ਡੇਟ ਵਾਲੀ ਦਵਾਈ ਦੇ ਦਿੱਤੀ, ਜਿਸ ਕਾਰਨ ਬੱਚੇ ਦੀ ਹਾਲਤ ਖਰਾਬ ਹੋ ਗਈ ਅਤੇ ਲੋਕਾਂ ਨੇ ਡਾਕਟਰ ਦੀ ਕੁੱਟਮਾਰ ਕਰਕੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਪਟਿਆਲਾ ਵਿੱਚ ਇੱਕ ਡਾਕਟਰ ਵੱਲੋਂ ਬੱਚੇ ਦੇ ਇਲਾਜ ਦੌਰਾਨ ਦਿੱਤੀ ਮਿਆਦ ਪੁੱਗ ਚੁੱਕੀ ਦਵਾਈ ਕਾਰਨ ਬੱਚੇ ਦੀ ਹਾਲਤ ਖਰਾਬ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਡਾਕਟਰ ਦੀ ਕੁੱਟਮਾਰ ਕੀਤੀ ਅਤੇ ਵੀਡੀਓ ਵਾਇਰਲ ਕਰ ਦਿੱਤੀ। ਦੂਜੇ ਪਾਸੇ SHO ਸੰਦੀਪ ਕੌਰ ਦਾ ਕਹਿਣਾ ਸੀ ਕਿ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਉਹਨੂੰ ਸਾਡੇ ਕੋਲ ਕੰਪਲੇਂਟ ਆਈ ਸੀ ਸੂਰਜ ਕੁਮਾਰ ਵੱਲੋਂ, ਇਹ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਦਾ 5 ਸਾਲ ਦਾ ਬੇਟਾ ਜੋ ਕਿ ਬਿਮਾਰ ਹੋ ਗਿਆ ਸੀਗਾ ਅਤੇ ਇਹ ਆਪਣੀ ਮੈਡੀਸਨ ਲੈਣ ਗਏ ਸੀਗੇ ਡਾਕਟਰ ਕਪਿਲਾ, ਜੋ ਕਿ ਗੁਰਬਖਸ਼ ਕਲੋਨੀ 1 ਨੰਬਰ 'ਚ ਉਹਨਾਂ ਦਾ ਕਲੀਨਿਕ ਹੈ ਅਤੇ ਉਹ ਮੈਡੀਸਨ ਸੀਗੀ ਜੋ ਐਕਸਪਾਇਰੀ ਡੇਟ ਸੀਗੀ। ਦੈਨ ਉਸ ਵਜ੍ਹਾ ਕਰਕੇ ਇਹਨਾਂ ਦੀ ਆਪਸੀ ਝੜਪ ਹੋ ਗਈ ਸੀਗੀ ਅਤੇ ਦੈਨ ਉਸ ਤੋਂ ਬਾਅਦ ਸਾਡੇ ਕੋਲ ਕੰਪਲੇਂਟ ਆਈ ਸੀਗੀ ਇਹ ਸੂਰਜ ਕੁਮਾਰ ਵੱਲੋਂ, ਸਨ ਆਫ ਹਰਮੇਨ ਲਾਲ। ਅਤੇ ਉਸ ਤੋਂ ਬਾਅਦ ਅਸੀਂ ਦੋਨਾਂ ਧਿਰਾਂ ਨੂੰ ਬੁਲਾ ਕੇ ਉਹਨਾਂ ਦਾ ਆਪਸੀ ਗੱਲਬਾਤ ਨਾਲ ਉਹਨਾਂ ਦਾ ਆਪਸੀ 'ਚ ਸਮਝੌਤਾ ਹੋ ਗਿਆ ਸੀਗਾ। ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ।